ਜੋ ਇੱਕ ਪਾਸੇ ਕੈਲੀਫੋਰਨੀਆ ਦੇ ਵਿੱਚ ਕੈਪਟਨ ਦਾ ਵਿਰੋਧ ਹੁੰਦਾ ਰਿਹਾ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਫਰਿਜ਼ ਨੂੰ ਪਹੁੰਚੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਉਹਨਾਂ ਵਿਦੇਸ਼ੀ ਪੰਜਾਬੀ ਭਾਈਚਾਰੇ ਦੇ ਨਾਲ ਗੱਲਬਾਤ ਕੀਤੀ ਤੇ ਨਿਸ਼ਾਨੇ ਤੇ ਲਿਆ ਅਕਾਲੀ ਦਲ ਨੂੰ ਕੈਪਟਨ ਨੇ ਪ੍ਰਵਾਸੀ ਭਾਰਤੀਆਂ ਦੀ ਰਮਜ਼ ਨੂੰ ਸਮਝਦਿਆਂ ਸਭ ਤੋਂ ਪਹਿਲਾਂ ਪੰਜਾਬ ਦੇ ਨਸ਼ੇ ਦੇ ਮੁੱਦੇ ਨੂੰ ਚੁੱਕਿਆ ਤੇ ਕਿਸਾਨ ਖੁਦਕੁਸ਼ੀਆਂ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ ਤੇ ਆਪਣੇ ਹੱਕ ਦੇ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਵੋਟ ਪੁਗਤਾਉਣ ਦੀ ਗੱਲ ਕਹੀ ਅੱਜ ਕੋਈ ਦਿਨ ਨਹੀਂ ਪਾਸ ਹੁੰਦਾ ਜਦੋਂ ਕੋਈ ਕਿਸਾਨੀ ਦਾ ਖਬਰ ਨਹੀਂ ਆਉਂਦੀ ਕਿ ਉਹਨੇ ਵਿਚਾਰੇ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਹਦੇ 'ਤੇ ਦਬਾਅ ਬਣਾ ਰਿਹਾ ਸੀ ਆਰਥਿਕ ਤੌਰ 'ਤੇ ਇਹ ਹਾਲਾਤ ਜੋ ਸਾਡੇ ਲੰਘ ਰਹੇ ਜਿਹਦੇ ਵਿੱਚੋਂ ਲੰਘ ਰਹੇ ਸੈਕੰਡਰੀ ਸੈਕਟਰ ਦੇਖ ਲਓ ਤੁਸੀਂ ਸਾਰਾ ਜੀ ਟੀ ਰੋਡ ਹੁਣ ਪੰਜਾਬ ਦਾ ਐਡਾ ਕਿਆ ਰਹਿ ਗਿਆ ਡੱਬੇ ਜਿੰਨਾ ਪੰਜਾਬ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ ਵੱਖ ਪਾਰਟੀਆਂ ਅੱਜ ਕੱਲ੍ਹ ਵਿਦੇਸ਼ਾਂ ਦੇ ਦੌਰੇ 'ਤੇ ਨਿਕਲੀਆਂ ਹੋਈਆਂ ਹਨ ਜੋ ਆਪਣਾ ਵਿਦੇਸ਼ ਦੇ ਵਿੱਚ ਵੋਟ ਬੈਂਕ ਮਜ਼ਬੂਤ ਕਰ ਰਹੀਆਂ ਹਨ ਇਸੇ ਲੜੀ ਤਹਿਤ ਕਾਂਗਰਸ ਦੀ ਇੱਕ ਮਜ਼ਬੂਤ ਰੈਲੀ ਫਰਿਜ਼ਨੋ ਦੇ ਵਿੱਚ ਹੋਈ ਜਿਸ ਦੇ ਵਿੱਚ ਭਰਮਾ ਇਕੱਠ ਹੋਇਆ ਲੋਕਾਂ ਨੇ ਵਾਅਦਾ ਕੀਤਾ ਕਿ ਪਾਰਟੀ ਨੂੰ ਸਹਿਯੋਗ ਦੇਣਗੇ ਪਰ ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਇਸ ਨਾਲ ਸੰਬੰਧਿਤ ਹੋਰ ਸਿੱਖ ਜਥੇਬੰਦੀਆਂ ਨੇ ਕੈਪਟਨ ਦਾ ਘਿਰਾਓ ਕਰਨ ਦਾ ਯਤਨ ਵੀ ਕੀਤਾ ਅਤੇ ਉਹਨਾਂ ਦੇ ਵਿਰੋਧ ਦੇ ਵਿੱਚ ਨਾਅਰੇ ਵੀ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਸੰਨ 1984 ਦੇ ਵਿੱਚ ਸਿੱਖ ਨਸਲਕੁਸ਼ੀ ਦੇ ਵਿੱਚ ਇਸ ਦਾ ਬਹੁਤ ਵੱਡਾ ਹੱਥ ਰਿਹਾ ਅਤੇ ਕਾਂਗਰਸ ਹਮੇਸ਼ਾ ਹੀ ਸਿੱਖਾਂ ਵਿਰੋਧੀ ਰਹੀ ਹੈ ਅਤੇ ਇਸ ਸੰਬੰਧੀ ਉਹਨਾਂ ਨੇ ਬਹੁਤ ਸੰਤ ਜਰਨੈਲ ਸਿੰਘ ਜੀ ਪਿੰਡਰਾਂਵਾਲੇ ਜਿੰਦਾਬਾਦ ਅਤੇ ਹੋਰ ਨਾਅਰੇ ਲਾਏ ਮੈਂ ਕੁਲਵੰਤ ਭਿਤਾਲੀਆ ਆਪਣੇ ਸਾਥੀ ਨੀਟਾ ਮਾਸ਼ੀਕੇ ਅਤੇ ਕੈਮਰਾਮੈਨ ਇੱਕ ਰਾਜ ਉੱਬੀ ਦੇ ਨਾਲ ਗਲੋਬਲ ਪੰਜਾਬ ਟੀਵੀ ਲਈ ਫਰਿਜ਼ਨੋ ਕੈਲੀਫੋਰਨੀਆ ਤੋਂ